ਗਾਣਾ ਇਦਾਂ ਹੋਣਾ ਚਾਹੀਦਾ ਸੀ, ਪੂਰਾ ਪਿੰਡ ਦਿੰਦਾ ਸਾਥ ਮਿੱਤਰਾਂ ਦਾ, ਤੇ ਪੂਰਾ ਪਿੰਡ ਹੀ ਨਹੀਂ ਮੱਚਦਾ ਹੈਗਾ ਆਪਣੇ ਤੋਂ, ਅਰੇ ਵਾਹ, ਸਾਰੇ ਸਾਥ। ਤੁਸੀਂ ਕਹਿਣਾ ਕਿ ਇਹ ਚੰਨੀ ਵਾਲੀਆਂ ਗੱਲਾਂ ਕਰੀ ਜਾਂਦੇ ਆ, ਨਹੀਂ ਨਹੀਂ ਬਲਾਏ, ਬਹੁਤ ਕੰਮ ਕੀਤੇ ਭਾਜੀ। ਅੱਛਾ, ਸਾਰੇ ਇੱਕ ਤੇਰੇ ਸਟਾਰਟ ਤੋਂ ਲਿਖਿਆ ਆ, ਮਤਲਬ ਕਿ ਜੇ ਮੈਂ ਲਿਖਿਆ ਸੀਗਾ ਕਿ ਤਾਣੇ ਨੂੰ ਮਿਲਣਾ ਆ, ਚੱਲਣਾ ਆ, ਤਾਂ ਹੋਣਾ ਹੀ ਸੀਗਾ, ਉਹਨੂੰ ਆਪਾਂ ਟਾਲ ਤਾਂ ਸਕਦੇ। ਛੋਟਾ ਸੀ ਭਾਜੀ ਮੇਰਾ, ਜੋ ਮਾਲਕ ਨੇ ਮੈਨੂੰ ਦਿੱਤਾ ਨਾ, ਮੈਨੂੰ ਬਹੁਤ ਉੱਪਰ ਦਿੱਤਾ, ਜੋ ਮੈਂ ਮੰਗਦਾ ਸੀ ਨਾ। ਜਦੋਂ ਅਪਡੇਟ ਨਹੀਂ ਰਹੂਗਾ ਮੈਂ ਕਹੂੰਗਾ ਯਾਰ ਇਹ ਤਾਂ ਅਪਡੇਟ ਨਹੀਂ ਹੈਗਾ, ਚੱਕ ਨੂੰ ਅਨਫੋਲੋ ਮਾਰ, ਕੁਛ ਪਾਉਂਦਾ ਨਹੀਂ ਨਾ। ਬਿਲਕੁਲ, ਤੇ ਫਿਰ ਸਾਨੂੰ ਉਹਨਾਂ ਲਈ ਦੋਸਤੋ ਪੰਜਾਬੀ ਟੇਸ਼ਨ ਨਾਲ ਤੁਸੀਂ ਜੁੜੇ ਹੋ ਤੇ ਮੈਂ ਜੱਸੀ ਬੜੈਚ, ਅੱਜ ਬਹੁਤ ਕਮਾਲ ਦੀ ਮੁਲਾਕਾਤ ਤੁਹਾਡੇ ਨਾਲ ਸਾਂਝੀ ਕਰਾਂਗੇ। ਅੱਜ ਸਾਡੇ ਨਾਲ ਸੋਸ਼ਲ ਮੀਡੀਆ ਦਾ ਸਟਾਰ ਸਾਡਾ ਭਰਾ ਹੈ ਨਾ, ਕਿਉਂਕਿ ਅੱਜ ਕੱਲ੍ਹ ਅਸੀਂ ਜਦੋਂ ਵੀ ਇੰਸਟਾਗ੍ਰਾਮ ਖੋਲਦੇ ਹਾਂ ਰੀਲਸ ਵੇਖਦੇ ਤਾਂ ਵੀਰੇ ਹੋਰਾਂ ਦੀਆਂ ਰੀਲਾਂ ਚੱਲਦੀਆਂ ਨੇ। ਸਾਜਨ ਅਰੋੜਾ ਸਾਡੇ ਨਾਲ ਮੌਜੂਦਾ ਵੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਕਿੱਦਾਂ ਵੀ ਚੜ੍ਹਦੀ ਕਲਾ ਜੀ? ਐਂਡ ਵਧੀਆ, ਤੁਸੀਂ ਦੱਸੋ ਭਾਜੀ। ਮੈਂ ਕਹਿੰਦਾ ਜਮਾਂ ਓਕੇ ਆ ਕੰਮ, ਜਿੱਦਾਂ ਮੈਂ ਦੱਸਿਆ ਨਾ ਕਿ ਵਾਈ ਹੋਰੀ ਛਾਏ ਪਿਓ ਰੀਲਾਂ 'ਤੇ ਤਾਂ, ਔਰ ਸਬੱਬ ਦੀ ਗੱਲ ਇਹ ਹੈ ਕਿ ਅਸੀਂ ਮਿਲੇ ਕਿਵੇਂ ਵੀਰੇ ਹੋਰਾਂ ਨੂੰ, ਥਾਰ 'ਚ ਬੈਠੇ ਗੱਡੀ 'ਚ ਬੈਠੇ ਅਤੇ ਵੀਰੇ ਹੋਰਾਂ ਨੂੰ ਸ਼ੂਟ ਚੱਲਦਾ ਸੀ ਇੱਥੇ। ਵੀਰੇ ਪਹਿਲਾਂ ਤਾਂ ਫਿਲਮ ਦੀਆਂ ਬਹੁਤ ਵਧਾਈਆਂ। ਥੈਂਕ ਯੂ ਭਾਜੀ। ਕਿੱਦਾਂ ਸਬੱਬ ਬਣਿਆ ਵੀ ਹੁਣ ਇੱਧਰ ਆਪਾਂ ਯਾਰ ਫਿਲਮਾਂ ਵੱਲ ਵੀ ਕਰੀਏ ਟਰਾਈ? ਫਿਲਮ ਵੱਲ ਟਰਾਈ ਨਹੀਂ ਭਾਜੀ, ਮੈਨੂੰ ਮੌਕਾ ਮਤਲਬ ਕਿ ਭਾਜੀ ਨੇ ਕਿਹਾ ਮੈਨੂੰ, ਕਮਲ ਖਾਨ ਸਰ ਨੇ। ਅੱਛਾ, ਕਿ ਸਾਜਨ ਨੂੰ ਵਿੱਚ ਆਪਾਂ ਇੱਕ ਮੌਕਾ ਦਿੰਦੇ ਹਾਂ, ਅਤੇ ਮੈਂ ਕਹਿੰਦਾ ਸਭ ਤੋਂ ਪਹਿਲਾਂ ਮੈਂ ਕਮਲ ਖਾਨ ਸਰ ਦਾ ਸ਼ੁਕਰੀਆ ਕਰਦਾ ਜਿਨ੍ਹਾਂ ਨੇ ਮੈਨੂੰ ਕਾਬਲ ਸਮਝਿਆ ਕਿ ਮੈਂ ਫਿਲਮਾਂ 'ਚ ਕਰ ਸਕਦਾ ਕੰਮ, ਅਤੇ ਬਾਕੀ ਵਧੀਆ ਸਾਰੀ ਓਵਰਆਲ ਸਾਰੀ ਟੀਮ ਹੀ ਵਧੀਆ ਆ। ਅਤੇ ਪਹਿਲਾਂ ਤਾਂ ਨਰਵਸ ਸੀਗਾ ਕਿ ਹੋਣਾ ਨਹੀਂ ਹੋਣਾ ਨਹੀਂ, ਪਰ ਸਾਰਿਆਂ ਨੇ ਬਹੁਤ ਸਾਥ ਦਿੱਤਾ, ਅਤੇ ਹੁਣ ਅੱਜ ਐਂਡਲਾ ਸੀਕੁਐਂਸ ਸੀਗਾ, ਅਤੇ ਬਾਕੀ ਮਈ 'ਚ ਕਹਿੰਦੇ ਰਿਲੀਜ਼ਿੰਗ ਆ, ਤੁਸੀਂ ਸਾਰੇ ਜਣੇ ਨੇ ਦੇਖ ਹੀ ਲੈਣੀ ਆ। ਅਤੇ ਬਾਕੀ ਘੈਂਟ ਮੂਵੀ ਆ, ਅਤੇ ਛੋਟਾ ਜਿਹਾ ਆਪਣਾ ਰੋਲ ਆ, ਜ਼ਿਆਦਾ ਨਹੀਂ ਹੈਗਾ, ਪਰ ਚਲੋ ਸ਼ੁਰੂਆਤ ਜਿਹੜੀ ਚੰਗੀ ਹੋ ਗਈ ਨਾ। ਤੇ ਆਪਾਂ ਫਿਲਮ ਹੀ ਦੱਸ ਦਿੰਦੇ ਵੀ ਇੱਟਾਂ ਦਾ ਘਰ ਫਿਲਮ ਆ, ਬੱਬਲ ਵੀਰਾ ਫਿਲਮ ਦੇ ਵਿੱਚ ਮੌਜੂਦ ਨੇ, ਗੁਰਪ੍ਰੀਤ ਘੁੱਗੀ ਭਾਜੀ ਮੌਜੂਦ ਨੇ, ਵੱਡੀ ਸਟਾਰ ਕਾਸਟ ਆ ਬਹੁਤ, ਸਾਰੇ ਸਾਰੀ ਵੱਡੀ ਸਟਾਰ ਕਾਸਟ ਆ। ਤੇ ਮੈਂ ਕਿਸਮਤ ਵਾਲਾ ਐਡੀ ਵੱਡੀ ਸਟਾਰ ਕਾਸਟ ਦੇ ਵਿੱਚ ਇੱਕ ਇਨਫਲੂਐਂਸਰ ਹੋ ਕੇ ਮੈਂ ਆਪਣਾ ਕਿਰਦਾਰ ਨਿਭਾ ਰਿਹਾ, ਤੇ ਬਾਲੇ ਜੀ ਨੂੰ ਕਹਿੰਦੇ ਕਿਸਮਤ ਵਾਲਾ, ਕਿਸਮਤ ਵਾਲਾ ਵੀ ਨਹੀਂ ਕਹਿ ਸਕਦੇ ਕਿਉਂਕਿ ਲੋਕੀ ਤਰਸਦੇ ਆ, ਮੇਰਾ ਵੀ ਸੁਪਨਾ ਸੀਗਾ ਕਿ ਕਦੇ ਨਾ ਕਦੇ ਫਿਲਮਾਂ ਵਿੱਚ ਆਈਏ। ਸਾਜਨ ਵੀਰੇ, ਉਹ ਤੁਹਾਨੂੰ ਮੈਂ ਮਾਫੀ ਚਾਹੁੰਦਾ ਤੁਹਾਡੀ ਗੱਲ ਕੱਟ ਰਿਹਾ, ਉਹ ਕਿੱਦਾਂ ਲੱਗਿਆ ਤੁਹਾਨੂੰ ਨਾ ਇੱਕ ਆਪਾਂ ਜਦੋਂ ਰੀਲਸ ਵਗੈਰਾ ਬਣਾਉਣੇ ਹਨ ਉਹ ਕੈਮਰਾ ਫੇਸ ਕਰਨਾ, ਤੇ ਹੁਣ ਇੱਕ ਆ ਫਿਲਮ ਵਾਲਾ ਕੈਮਰਾ ਫੇਸ ਕਰਨਾ, ਕੋਈ ਫਰਕ ਲੱਗਿਆ ਤੁਹਾਨੂੰ? ਵੀ ਉਹੀ ਗੱਲਬਾਤ ਆ ਯਾਰ, ਕੋਈ ਚੱਕਰ ਨਹੀਂ? ਨਹੀਂ ਨਹੀਂ ਬਹੁਤ ਫਰਕ ਹੈ ਭਾਜੀ, ਕਿਉਂਕਿ ਇੱਕ ਲਿਪਸਿੰਗ ਕਰਨੀ ਤੇ ਇੱਕ ਡਾਇਲੋਗ ਡਿਲੀਵਰੀ ਕੀ ਉਹਨੂੰ ਕਹਿੰਦੇ ਹਨ, ਉਹ ਕਰਨੀ ਉਹ 'ਚ ਜ਼ਮੀਨ ਆਸਮਾਨ ਦਾ ਫਰਕ ਹੈ। ਕਿ ਜਦੋਂ ਆਪਾਂ ਸਮਝੋ ਗਾਣਾ ਆਇਆ ਕੋਈ ਗਾਣੇ 'ਤੇ ਲਿਪਸਿੰਗ ਕਰਨੀ ਹੈ, ਉਹ ਤਾਂ ਆਪਾਂ ਬੰਦਾ ਕਰ ਲੈਂਦਾ ਯਾਦ ਕਰਕੇ, ਪਰ ਜਦੋਂ ਆਪਾਂ ਡਾਇਲੋਗ ਬੋਲਣੇ ਆ, ਪੰਚ ਬੋਲਣੇ ਆ, ਉਹੀ ਕੈਮਰੇ ਦੇ ਸਾਹਮਣੇ, ਤੇ ਥੋੜ੍ਹਾ ਜਿਹਾ ਔਖਾ ਹੈਗਾ ਆ। ਨਰਵਸ ਹੋ ਗਈ ਜੀ ਥੋੜ੍ਹਾ ਜਿਹਾ ਵੇਖ ਕੇ ਤੁਸੀਂ? ਮਤਲਬ ਤੁਹਾਡੀ ਰੁਟੀਨ ਬਣੀ, ਮੈਂ ਹੀ ਜਾਣਨਾ ਚਾਹੁੰਦਾ ਤੁਹਾਡੀ ਰੁਟੀਨ ਬਣੀ ਹੋਈ ਆ, ਚਾਹੇ ਤੁਸੀਂ ਲਿਪਸਿੰਗ ਕਰਦੇ ਹੋ, ਉਹ ਵੀ ਇੱਕ ਐਕਟਿੰਗ ਆ, ਉਹ ਵੀ ਸੌਖੀ ਗੱਲ ਹੈ ਨਹੀਂ ਕਰਨੀ? ਨਹੀਂ ਉਹ ਸੌਖੀ ਹੈ ਭਾਜੀ, ਉਹ ਤਾਂ ਕੀ ਐਂ ਕਰਨਾ ਹੁੰਦਾ ਆਪਾਂ, ਕੋਈ ਔਖਾ ਨਹੀਂ ਹੈਗਾ। ਇਹਦੇ ਵਿੱਚ ਥੋੜ੍ਹਾ ਜਿਹਾ ਇਹ ਹੈ ਕਿ ਜਦੋਂ ਆਪਾਂ ਪੰਚ ਬੋਲਣੇ ਆਪਣੇ, ਉਦੋਂ ਬੰਦਾ ਨਰਵਸ ਹੋ ਜਾਂਦਾ। ਮੈਂ ਤਾਂ ਲੱਤਾਂ ਵੀ ਕੰਬੀਆਂ ਸੀ ਭਾਜੀ ਪਹਿਲੀ ਐਵੇਂ ਦਾ ਝੂਠ ਬੋਲਿਆ। ਮੈਨੂੰ ਤਾਂ ਇੱਦਾਂ ਸੀ, ਮੈਂ ਬਈ ਤੁਹਾਡੇ ਵਾਸਤੇ ਬਹੁਤ ਸੌਖਾ ਹੋਣਾ ਹੈ ਨਾ, ਕਿਉਂਕਿ ਤੁਸੀਂ ਤਾਂ ਮਤਲਬ ਰੁਟੀਨ ਜੀ ਬਣੀ ਹੁੰਦੀ ਹੈ ਨਾ। ਸੌਖਾ ਕੁਛ ਨਹੀਂ ਭਾਜੀ, ਸਭ ਕੁਛ ਔਖਾ ਹੀ ਆ। ਰੀਲਾਂ ਵੀ ਉਹ ਵੀ ਸ਼ੂਟ ਕਰਨਾ ਔਖਾ, ਉਹ ਇੱਕ ਦਿਨ 'ਚ ਵੀਰੇ ਮਤਲਬ ਕਿੰਨਾ ਕੁ ਤੁਸੀਂ ਕੰਟੈਂਟ ਵਗੈਰਾ ਬਣਾਉਣੇ ਹੋ, ਜਾਂ ਕਿੰਨੀ ਇੱਕ ਦਿਨ 'ਚ ਹੁੰਦਾ ਵੀਰੇ? ਇੱਕ ਦਿਨ 'ਚ ਭਾਈ 10 ਵੀ ਅਪਲੋਡ ਕਰ ਦਈਏ, 20 ਵੀ ਕਰ ਦਈਦੀਆਂ, ਜਿਸ 'ਚ ਪਰਸਨਲ ਹੁੰਦੀ ਰੀਲ ਇੱਕ ਦੋ ਹੁੰਦੀਆਂ, ਬਾਕੀ ਸਾਰੀਆਂ ਪ੍ਰਮੋਸ਼ਨਾਂ ਹੁੰਦੀਆਂ ਜਿੱਥੋਂ ਆਪਣਾ ਰੋਜ਼ਗਾਰ ਚੱਲਦਾ ਆ, ਪ੍ਰਮੋਸ਼ਨ ਦਾ ਸਾਰਾ ਗਾਣਿਆਂ 'ਤੇ ਪ੍ਰਮੋਸ਼ਨਾਂ ਹੁੰਦੀਆਂ। ਤੁਹਾਨੂੰ ਪਹਿਲੀ ਪ੍ਰਮੋਸ਼ਨ ਵੀਰੇ ਕਿਹੜੀ ਯਾਦ ਹੈ, ਕਦੋਂ ਮਿਲੀ ਸੀਗੀ ਪਹਿਲੀ ਪ੍ਰਮੋਸ਼ਨ? ਭਾਜੀ ਜਦੋਂ ਮੇਰੇ 50K ਹੋਈ ਸੀਗੇ, 100 ਰੁਪਏ ਦੇ ਹਿਸਾਬ ਨਾਲ। ਅੱਛਾ, ਪਹਿਲੀ ਪ੍ਰਮੋਸ਼ਨ ਤੇ ਅੱਜ ਪਹਿਲੇ ਸਿਰਫ 100 ਤੋਂ ਤੁਹਾਡੀ ਸ਼ੁਰੂਆਤ ਹੋਈ? 100 ਤੋਂ। ਤੇ ਹੁਣ ਪਰ ਰੀਲ ਹੁਣ ਤਾਂ ਬਾਬੇ ਦੀ ਓਕੇ ਸਾਰਾ। ਮਤਲਬ ਤੁਸੀਂ ਇਹ ਸੋਚ ਕਿੱਦਾਂ ਨਹੀਂ ਲੱਗੇ ਹੋਣੇ ਹਨਾ ਵੀ ਚਲੋ ਯਾਰ ਆਪਾਂ ਤਾਂ ਸ਼ੌਕ ਨੂੰ ਲੱਗਦਾ ਹੁੰਦਾ ਬੰਦਾ ਪਹਿਲਾਂ ਤਾਂ? ਨਹੀਂ ਨਹੀਂ ਭਾਜੀ, ਸ਼ੌਕ ਨੂੰ ਨਹੀਂ, ਪੈਸੇ ਨੂੰ ਲੱਗੇ ਸੀਗੇ। ਅੱਛਾ, ਹੁਣ ਸਟਾਰਟਿੰਗ ਜਦੋਂ ਕੀਤੀ ਮੇਰੇ 2000 ਮੇਰੇ ਹਿਸਾਬ ਨਾਲ 11 ਮੈਂ ਪਹਿਲੀ ਵੀਡੀਓ ਬਣਾਈ ਸੀਗੀ। ਅੱਛਾ, ਉਦੋਂ ਫਨੀ ਦਾ ਕਰੇਜ਼ ਸੀਗਾ, ਫਿਰ ਹੌਲੀ ਹੌਲੀ ਕਰਕੇ ਯਾਰਾਂ ਦੋਸਤਾਂ ਨੇ ਪੈਸੇ ਪੂਹੇ ਇਕੱਠੇ ਕੀਤੇ, ਜਿੱਦਾਂ ਮੈਂ
ਗਾਉਂਦਾ ਹੁੰਦਾ ਸੀ ਮਾੜਾ ਮੋਟਾ। ਅੱਛਾ ਸਿੰਗਿੰਗ ਕਰਦੇ ਵੀਰੇ? ਮੇਰਾ ਗਾਣਾ ਆਇਆ ਹੋਇਆ, ਗਾਣੇ ਮਤਲਬ ਕਿ ਹੈਗੇ 15 ਕੁ ਗਾਣੇ ਆਏ ਹੋਏ ਆ। ਅੱਛਾ। ਪਰ ਜਿਹੜਾ ਮੇਰਾ ਪਹਿਲਾ ਗਾਣਾ ਸੀ ਮੈਨੂੰ ਯਾਦ ਨਹੀਂ ਹੈਗਾ, ਪਰ 16 ਜਾਂ 15 ਦੇ ਵਿੱਚ ਪਹਿਲਾ ਗਾਣਾ ਕੀਤਾ ਸੀਗਾ ਮੈਂ, ਮੌਲਾ ਮਿਲਾ ਦੇ। ਉਹ ਤੋਂ ਬਾਅਦ ਮੈਂ ਕੀਤਾ ਸੀਗਾ ਹਿਪ ਹੋਪ, ਜਦੋਂ ਹਨੀ ਸਿੰਘ ਦਾ ਨਵਾਂ ਨਵਾਂ ਹਿਪ ਹੋਪ ਆਇਆ ਸੀ ਕਰਤਾ ਇੱਕ। ਅੱਛਾ। ਤੇ ਉਹ ਤੋਂ ਬਾਅਦ ਜੰਗਲ 'ਚ ਬੂਟਾ ਇੱਕ ਗਾਣਾ ਸੀ, ਦਮੇ ਆਪਣੇ ਤੇ ਰਾਸ ਦਾ ਕੀਤਾ ਜਾਂਦਾ। ਗਾਣੇ ਤਾਂ ਬਹੁਤ ਆਏ ਪਏ ਯਾਰਾਂ ਦੋਸਤਾਂ ਕਰਕੇ ਜਿਹੜੇ ਪਿੰਡ। ਮੈਂ ਮਾਫੀ ਚਾਹੁੰਦਾ ਵੀਰੇ, ਮੈਨੂੰ ਥੋੜਾ, ਮੈਂ ਸਿੰਗਿੰਗ ਦਾ ਨਹੀਂ ਤੁਹਾਡਾ, ਮੈਨੂੰ ਪਤਾ ਸੀਗਾ। ਨਹੀਂ ਨਹੀਂ, ਮੈਂ ਮਾਫੀ ਚਾਹੁੰਦਾ। ਉਹ ਭਾਜੀ ਮੈਨੂੰ ਆਪ ਚੇਤਾ ਭੁੱਲ ਗਿਆ, ਮੈਨੂੰ ਕੈਮਰਾ ਦੇਖ ਕੇ ਯਾਦ ਆਇਆ ਕਿਉਂਕਿ ਚੱਲੇ ਨਹੀਂ ਗਾਣੇ। ਨਹੀਂ ਨਹੀਂ, ਚਲੋ ਵੀਰੇ, ਹਨਾ ਬੰਦਾ ਕਹਿੰਦੇ ਸ਼ੁਰੂਆਤ ਤਾਂ ਕਰਦਾ, ਮਤਲਬ ਉਹ ਹੁਣ ਸਿੰਗਿੰਗ ਦਾ ਚੱਲ ਰਿਹਾ ਨਾਲ ਨਾਲ? ਤਾਂ ਦੱਸੀ ਜਾਂਦਾ ਮੇਨ ਮਕਸਦ ਹੀ ਪੈਸਾ ਕਮਾਉਣ ਦਾ। ਅੱਛਾ। ਜਿਹੜਾ ਹੁਣ ਤਾਂ ਇਹ ਹੈ ਕਿ ਹਾਂ ਇੱਕ ਗੀਤਕਾਰ ਕਿਉਂ, ਮੇਰੇ ਹਿਸਾਬ ਨਾਲ ਕਿ ਫੇਮ ਉਹਦੇ ਲਈ ਮੈਟਰ ਕਰਦਾ ਜਿਹਦੇ ਕੋਲ ਪਹਿਲਾਂ ਹੀ ਪੈਸਾ ਆ, ਤੇ ਜੇ ਸਾਡੇ ਵਰਗੇ ਬੰਦੇ ਨੇ ਸ਼ੁਰੂਆਤ ਕਰਨੀ ਹੈ ਤਾਂ ਫੇਮ ਪਲੱਸ ਪੈਸਾ ਦੇਖਦਾ ਹੀ ਆ, ਕਿਉਂਕਿ ਸਾਡੇ ਖਰਚੇ ਖੁਰਚੇ ਕਿੱਦਾਂ ਚੱਲਣੇ ਆ। ਹੁਣ ਇਹ ਤਾਂ ਹੈ ਨੀ ਕਿ ਪਿੱਛੋਂ ਰਜਵਾੜੇ ਜੰਮੇ ਕਿ ਘਰਦੇ ਨੇ ਕਹਿਣਾ ਲੈ ਇੱਕ ਕਿੱਲਾ ਵੇਚੇ ਤੇ ਗਾਣੇ ਕਰਦੇ ਟੇਪ ਕਰਦੇ, ਆਪਣੇ ਸਿਰ ਤੋਂ ਹੀ ਕਰਨਾ ਪੈਣਾ। ਜਾਂ ਯਾਰ ਦੋਸਤ ਸੀਗੇ, ਵਧੀਆ ਸੀਗੇ ਯਾਰ ਦੋਸਤ, ਬਾਹਰ ਬੈਠੇ ਸੀ, ਸਤਨਾਮ ਵੀਰ ਹੋ ਗਿਆ, ਜੋੜਾ ਭਰਾ ਹੋ ਗਿਆ ਆਪਣੇ, ਠੀਕ ਹੈ। ਹੁਣ ਮਤਲਬ ਕਿ ਮਾੜਾ ਮੋਟਾ ਹੀ ਕੰਮ ਸੀ, ਫਿਰ ਵੀ ਸਾਰਿਆਂ ਨੇ ਰਲ ਮਿਲ ਕੇ ਇੰਨਾ ਕੁ ਸਾਥ ਦਿੱਤਾ ਨਾ, ਆਪਣੇ ਗਾਣੇ ਕਢਾਏ ਹੋਏ ਆ। ਕਿਆ ਬਾਤ ਹੈ ਜੀ, ਗਾਣਾ ਵੀ ਤੁਹਾਡੇ ਤੋਂ ਸੁਣਨਾ। ਸਾਜਨ ਵੀਰੇ, ਜਦੋਂ ਤੁਸੀਂ ਪਿੰਡ ਤੋਂ ਬਿਲੋਂਗ ਕਰਦੇ ਹੋ? ਪਿੰਡ ਤੋਂ, ਹਾਂਜੀ, ਜਗਪਾਲਪੁਰ ਪਿੰਡ। ਤੁਸੀਂ ਤਾਂ ਹੀ ਸਾਜਨ ਅਰੋੜਾ ਕਿਹਾ ਨਾ, ਮੈਂ ਤੁਹਾਨੂੰ ਕਹਿਣ ਲੱਗੇ ਭਾਈ ਸਾਜਨ ਅਰੋੜਾ ਨਾ ਕਹੋ, ਚਲੋ ਮੇਰੀ ਕਾਸਟ ਆ, ਮੈਂ ਜੋ ਵੀ ਹੈ, ਪਰ ਜਗਪਾਲਪੁਰ ਮੇਰੇ ਪਿੰਡ ਦੇ ਵਿੱਚ ਸਪੋਰਟ ਬਹੁਤ ਕਰਦਾ। ਨਹੀਂ ਨਹੀਂ, ਚੰਗੀ ਗੱਲ ਹੈ ਵੀਰੇ। ਅੱਛਾ, ਤੁਸੀਂ ਦੱਸਦਾ ਸਪੋਰਟ ਕਰਦਾ, ਕਈ ਵਾਰੀ ਏਦਾਂ ਵੀ ਹੁੰਦਾ ਨਾ ਜਦੋਂ ਸ਼ੁਰੂ ਕਰਦੇ ਪਏ ਵੀਡੀਓ ਬਣਾਉਣੇ ਆ, ਆਂਢੀ ਗੁਆਂਢੀ ਜਾਂ ਹੋਰ ਨਾ ਪਿੰਡ ਦੇ ਕਹਿੰਦੇ ਯਾਰ ਕਿਹੜੇ ਕੰਮ 'ਚ ਲੱਗ ਗਿਆ ਮੁੰਡਾ, ਹਨਾ ਤੁਹਾਡਾ ਵੀ ਕੀ ਕਰਦਾ ਹੈ, ਸਾਰੀ ਦਿਹਾੜੀ ਵਿਹਲਾ ਬਣਾਈ ਜਾਂਦਾ। ਬੜੇ ਟੌਂਟ ਮਾਰਦੇ ਹੁੰਦੇ ਉਹ, ਸਾਰੀ ਦਿਹਾੜੀ ਉਹ ਕੀ ਲੱਗੇ ਰਹਿਣਾ, ਧੁੱਪੇ ਲੱਗੇ ਰਹਿੰਦੇ ਆ, ਧੁੱਪੇ ਲੱਗੇ ਰਹਿੰਦੇ। ਪਰ ਇੱਦਾਂ ਟੌਂਟ ਬਾਜੀ ਵੀ ਸੀਗੀ, ਤੇ ਅੱਗੋਂ ਖੜੇ ਵੀ ਜਾਣਾ ਕੋਲ ਉਹਨਾਂ ਨੇ, ਫਿਰ ਦੱਸੀ ਜਾਣਾ ਨਹੀਂ ਓਏ ਆਹ ਚੀਜ਼ ਇੱਦਾਂ ਕਰ ਇੱਦਾਂ ਕਰ, ਉਹ ਲੱਗਾ ਹੀ ਨਹੀਂ ਕਦੀ ਟੌਂਟ ਆ, ਕਿਉਂਕਿ ਉਹ ਟੌਂਟ ਵੀ ਸਪੋਰਟ ਹੀ ਆ ਮੈਨੂੰ ਲੱਗਦਾ, ਸਪੋਰਟ ਹੀ ਸੀਗੀ। ਕਿਉਂਕਿ ਉਹਨਾਂ ਨੇ, ਮੈਂ ਕਹਿੰਦਾ ਕਿ ਉਹ ਗਾਣਾ ਨਹੀਂ ਹੈਗਾ, ਕਹਿੰਦਾ ਅੱਧਾ ਪਿੰਡ ਦਿੰਦਾ ਪੂਰਾ ਸਾਥ ਜੱਟ ਦਾ, ਅੱਧਾ ਪਿੰਡ ਮਿੱਤਰਾਂ ਤੋਂ ਮਚਿਆ ਪਿਆ। ਮੈਂ ਕਹਿੰਦਾ ਕਿ ਇਹ ਗਾਣਾ ਇੱਦਾਂ ਹੋਣਾ ਚਾਹੀਦਾ ਸੀ, ਪੂਰਾ ਪਿੰਡ ਦਿੰਦਾ ਸਾਥ ਮਿੱਤਰਾਂ ਦਾ, ਤੇ ਪੂਰਾ ਪਿੰਡ ਹੀ ਨਹੀਂ ਮਚਦਾ ਹੈਗਾ ਆਪਣੇ ਤੋਂ, ਅਰੇ ਸਾਰੇ ਸਾਥ। ਬਹੁਤ ਮੈਨੂੰ ਤੁਹਾਡੀ ਗੱਲ ਵਧੀਆ ਲੱਗੀ ਵੀਰੇ। ਨਹੀਂ ਸਾਰੇ ਨਹੀਂ, ਬੰਦਾ ਜਦੋਂ ਬਣ ਜਾਂਦਾ ਨਾ, ਫਿਰ ਬੰਦਾ ਉਦਾਂ ਹੀ ਕਹਿੰਦਾ ਯਾਰ ਬਹੁਤ ਲੋਕਾਂ ਨੇ ਮੈਨੂੰ ਇੱਦਾਂ ਕਿਹਾ, ਇੱਦਾਂ ਕਿਹਾ, ਹੁਣ ਇਹ ਬਣ ਗਿਆ, ਤੁਸੀਂ ਚੰਗੀ ਗੱਲ ਨਹੀਂ। ਉਹ ਭਾਜੀ ਮੇਰਾ ਸਟਰਗਲ ਨਹੀਂ, ਮੈਂ ਕਹਿ ਸਕਦਾ ਮੇਰਾ ਆਪਣਾ ਸਫ਼ਰ ਕਹਿ ਨਾ ਸਕਦਾ, ਕਿ ਉਹ ਮੇਰਾ ਸਫ਼ਰ ਸੀਗਾ, ਕਿ ਹਰੇਕ ਬੰਦਾ ਕਹਿ ਦਿੰਦਾ ਸਟਰਗਲ ਆ ਸਟਰਗਲ, ਸਟਰਗਲ ਨਹੀਂ ਹੁੰਦਾ ਉਹ ਸਫ਼ਰ ਆ, ਕਿ ਆਪਣਾ ਜੋ ਲਿਖਿਆ ਆ, ਮਤਲਬ ਕਿ ਜੇ ਮੈਂ ਲਿਖਿਆ ਸੀਗਾ ਕਿ ਤਾਣੇ ਨੂੰ ਮਿਲਣਾ ਆ, ਚੱਲਣਾ ਆ, ਤਾਂ ਹੋਣਾ ਹੀ ਸੀਗਾ, ਉਹਨੂੰ ਆਪਾਂ ਟਾਲ ਤਾਂ ਸਕਦੇ ਨਹੀਂ, ਕਿ ਉਹ ਸਫ਼ਰ 'ਚ ਗਿਣ ਸਕਦੇ, ਸਟਰਗਲ ਤਾਂ ਸਾਰੇ ਕਰਦੇ। ਹੁਣ ਮੈਂ ਅੱਜ ਕਰਦਾ ਆ, ਮੇਰੇ ਤੋਂ ਥੱਲੇ ਵਾਲੇ ਕਰੀ ਜਾਂਦੇ ਆ, ਮੇਰੇ ਯਾਰ ਦੋਸਤ ਆ ਉਹ ਹੱਲੇ ਵੀ ਕਰੀ ਜਾਂਦੇ ਪਏ, ਇਹ ਸਫ਼ਰ ਹੈ ਜ਼ਿੰਦਗੀ ਦੇ। ਚਲੋ ਬਾਕੀ ਇਹ ਹੈ ਕਿ ਮਿਹਨਤ ਕਰਨੀ ਚਾਹੀਦੀ ਆ, ਕਦੇ ਨਾ ਕਦੇ ਰੱਬ ਭਾਗ ਲਾਉਂਦੇ ਲਾਉਂਦਾ ਆ। ਟਿਕਟੋਕ ਤੇ ਵੀ ਤੁਸੀਂ ਸੀਗੇ? ਟਿਕਟੋਕ ਤੇ ਹਾਂ, ਮੈਂ ਥੋੜੀ ਵੀਡੀਓ ਬਣਾਈਆਂ, ਜਦੋਂ 50 ਕੇ ਹੋ ਗਏ ਜਦ ਤੱਕ ਟਿਕਟੋਕ ਉੜ ਗਈ। ਅੱਛਾ, ਉਹ ਦੁੱਖੇ ਲੱਗਿਆ ਫਿਰ ਵੀ ਯਾਰ ਇੰਨੀ ਮਿਹਨਤ ਕੀਤੀ, 50 ਕੇ ਹੋਈ ਸੀ, 50 ਕੇ ਬਹੁਤ ਸਾਰੇ ਸੁਪਨੇ ਉੜ ਗਏ, ਮੁੜ ਕੇ ਫੇਰ ਮੁੜ ਕੇ ਸ਼ੁਰੂਆਤ ਇੰਸਟਾਗ੍ਰਾਮ ਤੋਂ ਫੇਰ ਦੁਬਾਰਾ ਕੀਤੀ, ਵਿੱਚੇ ਕੰਮ ਕੁੰਮ ਤੇ ਵੀ ਲੱਗਾ ਹੁੰਦਾ ਸੀ, ਵਿੱਚੇ ਆ ਕੇ ਰੀਲਾਂ ਬਣਾਉਣੀਆਂ। ਅੱਛਾ, ਕੰਮ ਵੀ ਤੁਸੀਂ ਕੀਤਾ? ਕੰਮ ਭਾਜੀ, ਹੁਣ ਤੁਸੀਂ ਕਹਿਣਾ ਕਿ ਇਹ ਚੰਨੀ ਵਾਲੀਆਂ ਗੱਲਾਂ ਕਰੀ ਜਾਂਦੇ ਆ, ਨਹੀਂ ਨਹੀਂ, ਬਹੁਤ ਕੰਮ ਕੀਤੇ ਭਾਜੀ। ਅੱਛਾ, ਸਾਰੇ ਇੱਕ ਤੇਰੇ ਸਟਾਰਟਿੰਗ 1500 ਰੁਪਏ ਮਹੀਨਾ, ਲੋਕੀ ਕਹਿ ਦਿੰਦੇ ਆ, ਮੈਂ ਪਿੱਛੇ ਇੰਟਰਵਿਊ ਕੀਤਾ ਸੀਗਾ ਕਿ 1500 ਮਹੀਨੇ ਵਾਲੇ ਤੇ ਗੱਪ ਆ, ਤੇ ਮੈਨੂੰ ਹਲੇ ਤੱਕ ਵੀ ਯਾਦ ਆ, ਰਾਣੀਪੁਰ ਵਿੱਚ ਰਿੰਕੂ ਭਾਈ ਦਾ ਦਫ਼ਤਰ ਹੁੰਦਾ ਸੀਗਾ, ਤੇ ਉੱਥੇ ਝਾੜੂ ਪੋਚੇ ਦਾ ਕੰਮ ਕਰਨਾ ਹੁੰਦਾ ਸੀਗਾ, ਤੇ ਉਹਦਾ 1500 ਰੁਪਏ ਮੈਨੂੰ ਪਰ ਮਹੀਨਾ ਮਿਲਦਾ ਹੁੰਦਾ ਜੀ। ਤੇ ਉਸ ਤੋਂ ਬਾਅਦ ਫਾਈਨ ਟੈਕ ਦੀ ਟੂਲ ਆ, ਉੱਥੇ ਫੈਕਟਰੀ, ਉੱਥੇ ਕੀਤਾ ਕੰਮ, ਕੱਪੜੇ ਦੁਕਾਨਾਂ ਤੇ ਕੀਤਾ ਆ, ਕੋਠੀਆਂ ਸਾਫ਼ ਕੀਤੀਆਂ ਜਲੰਧਰ ਵਿੱਚ, ਘਰ ਕਰਾ ਕੇ ਤਕਰੀਬਨ ਦੁਬਈ ਧੱਕੇ ਖਾ ਕੇ ਆਇਆ 8-9 ਮਹੀਨੇ, ਕੰਮ ਬਥੇਰਾ ਕੀਤਾ। ਚਲੋ ਉਹ ਤਾਂ ਚਲੋ ਕਰਨਾ ਹੀ ਪੈਣਾ ਸੀਗਾ, ਇੰਨੀ ਸਟਰਗਲ ਨਹੀਂ ਹੈਗੀ, ਸਹੀ ਹੈ ਭਾਜੀ। ਫੇਰ ਵੇਖ ਕੇ ਨਾ ਪਤਾ ਕੀ ਲੱਗਦਾ ਵੀ ਮੁੰਡਾ ਜਾਂ ਸਟਾਈਲਿਸਟ ਜਾਂ ਮੁੰਡਾ, ਹਨਾ ਵੀ ਨਹੀਂ ਇਹਨੇ ਕਿੱਥੇ ਡੱਕਾ ਤੋੜਿਆ ਹੋਣਾ, ਜਾਂ ਆਪਾਂ ਕਹਿ ਨਹੀਂ ਆਪਣੇ ਪਿੰਡ ਦੇ ਨਾ ਵੀ ਇੱਕ ਮੁੰਡਾ ਸੋਹਣਾ ਸੁਨੱਖਾ ਮੁੰਡਾ, ਸਟਾਈਲਿਸਟ ਮੁੰਡਾ, ਕਿੱਥੇ ਡੱਕਾ ਤੋੜਿਆ ਹੋਣਾ, ਤਾਂ ਇੱਦਾਂ ਹੀ ਬਸ। ਕਈ ਵਾਰੀ ਇੱਥੇ ਐਂ ਵੀ ਕਹਿੰਦੇ ਸੀ ਵੀ ਸੂਤ ਆ ਗਿਆ,
ਸੂਤ ਆ ਗਿਆ, ਆਹ ਸੂਤ ਆ ਗਿਆ, ਗੈਰੀ ਸੰਧੂ ਕਹਿੰਦਾ ਹੁੰਦਾ ਬਾਈ, ਕਹਿੰਦਾ ਮੈਨੂੰ ਗੋਣਾ ਤਾਂ ਨਹੀਂ ਆਉਂਦਾ, ਮੇਰਾ ਸੂਤ ਲੱਗਾ, ਉਹੀ ਮੈਂ ਕਿਹਾ ਸਕਦਾ ਮੇਰਾ ਸੂਤ ਹੀ ਲੱਗਾ। ਨਹੀਂ ਯਾਰ ਮੈਂ ਵੀਰੇ ਤੁਸੀਂ ਮਿਹਨਤ ਜਿੱਦਾਂ ਕਿਹਾ ਨਾ, ਸੂਤ ਨਹੀਂ ਤੁਸੀਂ, ਤੁਸੀਂ ਇਹ ਤੁਹਾਡਾ ਸੁਪਨਾ ਸੀਗਾ ਨਾ ਸੁਪਨਾ, ਯਾਰ ਮੈਂ ਇਹ ਚੀਜ਼ ਇੱਦਾਂ ਆਉਣਾ ਹਨਾ, ਕਈ ਸੁਪਨਾ ਤਾਂ ਬਹੁਤ ਛੋਟਾ ਸੀ ਭਾਜੀ ਮੇਰਾ, ਜੋ ਮਾਲਕ ਨੇ ਮੈਨੂੰ ਦਿੱਤਾ ਨਾ ਮੈਨੂੰ ਬਹੁਤ ਉੱਪਰ ਦੇ ਦਿੱਤਾ, ਜੋ ਮੈਂ ਮੰਗਦਾ ਸੀ ਨਾ ਮੈਨੂੰ ਤਾਂ ਬਹੁਤ ਉੱਤੇ ਦੇ ਦਿੱਤਾ ਉੱਤੋਂ। ਮੇਰਾ ਸੁਪਨਾ ਤਾਂ ਭਾਜੀ 50K ਫੋਲੋਵਰ ਸੀਗੇ। ਅੱਛਾ, ਤੇ ਲਾ ਲਓ ਹਿਸਾਬ ਤਾਂ ਫਿਲਮਾਂ ਦੇ ਵਿੱਚ ਕੰਮ, ਹਾਂ ਸਭ ਕੁਝ ਬਣਾਇਆ, ਜੋੜਿਆ, ਵਿਆਹ ਕੀਤਾ, ਵਧੀਆ ਵਿਆਹ ਦੀ ਮੈਂ ਵੀਰੇ ਉਹਨੂੰ ਮੁਬਾਰਕਾਂ ਦੇਣੀਆਂ ਚਾਹੀਦੀ ਭਾਈ, ਤੇ ਸਭ ਕੁਝ ਮਤਲਬ ਕਿ ਵਧੀਆ ਹੋਇਆ, ਮਾਲਕ ਨੇ ਬਹੁਤ ਸਾਥ ਦਿੱਤਾ ਆਪਣਾ। ਅੱਛਾ ਵੀਰੇ, ਨਾ ਮੈਂ ਸੋਚਦਾ ਸੀਗਾ ਆਪਾਂ ਜਦੋਂ ਵਿਆਹ ਨੋਰਮਲੀ ਵਿਆਹ ਹੁੰਦਾ ਨਾ ਮੁੰਡਾ ਦੇਖਦਾ ਮੁੰਡੇ ਕੁੜੀ 'ਚ ਕੀ ਗੁਣ ਨੇ, ਤੁਸੀਂ ਇੱਦਾਂ ਦੇਖਿਆ ਸੀ ਵੀ ਕੁੜੀ ਦੇ ਫੋਲੋਵਰ ਕਿੰਨੇ ਨੇ? ਕੁੜੀ ਦੇ ਫੋਲੋ, ਕੁੜੀ ਤਾਂ ਪਹਿਲਾਂ ਹੀ ਮਿਲ ਗਈ ਸੀ, ਕੁੜੀ ਨੇ ਤਾਂ ਮੇਰੇ ਫੋਲੋਵਰ ਵੀ ਨਹੀਂ ਦੇਖੇ ਵਿਚਾਰੀ ਨੇ, ਉਦੋਂ ਤਾਂ ਮੇਰੇ ਫੋਲੋਵਰ ਵੀ ਨਹੀਂ ਹੁੰਦੇ ਸੀ, ਨਾ ਮੈਂ ਵੀਡੀਓ ਲਈ ਮਤਲਬ ਕਿ ਅੱਛਾ ਕਿ ਵੀਡੀਓ ਵੀ ਨਹੀਂ ਬਣਾਉਂਦਾ ਹੁੰਦਾ ਸੀ, ਆਪਣਾ ਇੰਜੋਏ ਕਰਨ ਹੁੰਦਾ, ਛੋਟਾ ਭਰਾ ਬਾਹਰ ਚਲੇ ਗਿਆ ਸੀ, ਉਹ ਕਹਿੰਦਾ ਚੱਲ ਹੁਣ ਤੈਨੂੰ ਮਾੜੀ ਮੋਟੀ ਐਸ਼ ਕਰਾ ਦੇਣਾ, ਆਈ 20 ਲੈ ਦਿੱਤੀ, ਬਸ ਇੱਦਾਂ ਹੀ ਸਬੱਬ ਕਰਦੇ ਕਰਦੇ ਪਤਾ ਨਹੀਂ ਕਿੱਦਾਂ ਮੇਲ ਜੋਲ ਹੋ ਗਏ, ਅਤੇ ਅਗਲੀ ਨੇ ਸਗੋਂ ਮੈਨੂੰ ਕਿਹਾ ਕਿ ਤੂੰ ਵਿਹਲਾ ਨਾ ਰਹਿ ਅਤੇ ਰੀਲਾਂ ਤੋਂ ਵੀ ਪੈਸੇ ਆਉਂਦੇ ਆ, ਮੈਂ ਕਿਹਾ ਰੀਲਾਂ ਤੋਂ ਵੀ ਪੈਸੇ ਆਉਂਦੇ, ਫਿਰ ਉਹਨੇ ਮੈਨੂੰ ਸਮਝਾਇਆ, ਫਿਰ ਉਹਨੇ ਮੇਰੇ ਨਾਲ ਕਲੈਬਾਂ ਕਰਨੀਆਂ ਸ਼ੁਰੂ ਕੀਤੀਆਂ, ਮੇਰੀ ਆਈ ਡੀ ਪੁੱਛ ਕੀਤੀ, ਆਈ ਡੀ ਪੁੱਛ ਕਰਦੇ ਕਰਦੇ ਮੈਂ ਸਟਾਰਟਿੰਗ ਤੋਂ ਦੱਸਿਆ 100 ਰੁਪਏ ਪ੍ਰਮੋਸ਼ਨ, 200-300-500 ਹੁਣ ਕਦੋਂ ਹਜ਼ਾਰਾਂ 'ਚ ਆ ਕੇ ਪਤਾ ਲੱਗਿਆ। ਅੱਛਾ, ਮਤਲਬ ਉਹਨਾਂ ਦਾ ਸਾਥ ਸ਼ੁਰੂ ਤੋਂ ਹੀ ਰਿਹਾ ਹੈਗਾ? ਹਾਂਜੀ, ਬਹੁਤ ਕਿਸਮਤ ਵਾਲੀ ਵੀਰੇ, ਹੈ ਨਾ, ਨਹੀਂ ਅੱਜ ਕੱਲ੍ਹ ਕਿੱਥੇ ਹੁੰਦਾ ਹੈ ਨਾ ਸਾਥ ਵਾਲਾ ਬੰਦਾ, ਕਿੱਥੇ ਮਿਲਦਾ? ਨਹੀਂ ਨਹੀਂ ਬਿਲਕੁਲ, ਉਹ ਬਹੁਤ ਸਾਥ ਦਿੱਤਾ, ਕਿਉਂਕਿ ਮੈਂ ਇਹ ਨਹੀਂ ਕਹਿ ਸਕਦਾ ਕਿ ਮਤਲਬ ਕਿ ਉਹ ਮੈਂ ਫੇਮਸ ਉਹਦੇ ਕਰਕੇ ਫੇਮਸ ਹੋਇਆ, ਮੈਂ ਇਹ ਕਹਿ ਸਕਦਾ ਕਿ ਉਹਨੇ ਮੈਨੂੰ ਇੱਕ ਪਟਰੀ ਦਿੱਤੀ ਆ ਕਿ ਤੂੰ ਸਾਜਨ ਇੱਥੇ ਚੱਲ, ਕਿਉਂਕਿ ਉਹੀ ਮੈਨੂੰ ਦੱਸ ਸਿਖਾਉਂਦੀ ਹੁੰਦੀ ਸੀਗੀ, ਕਿਉਂਕਿ ਮੈਨੂੰ ਨੌਲੇਜ ਇੰਨੀ ਨਹੀਂ ਹੈਗੀ ਸੀ ਕਿ ਇੱਦਾਂ ਪ੍ਰਮੋਸ਼ਨਾਂ ਆਉਂਦੀਆਂ ਉੱਦਾਂ ਆਉਂਦੀਆਂ, ਪਰ ਉਹ ਵੀ ਕੁੜੀ ਆਪਣੇ ਸਭ ਤੋਂ ਪਹਿਲਾਂ ਘਰ ਕਿ ਸਭ ਤੋਂ ਵੱਡੀ ਆ ਗੱਲ ਉਹਦੀ ਇਹ ਲੱਗਦੀ ਸੀ ਮੈਨੂੰ ਕਿ ਉਹ ਆਪਣੇ ਘਰ ਬਾਰੇ ਸੋਚਦੀ, ਅਤੇ ਫਿਰ ਸਾਡਾ ਇੱਦਾਂ ਹੀ ਕਰ ਕਰਾ ਕੇ ਚਲੋ ਰੋਕਾ ਹੋਇਆ, ਰੋਕੇ ਤੋਂ ਬਾਅਦ ਫਿਰ ਤਾਣੇ ਨੇ 2 ਸਾਲ ਕਹੇ ਘਰਦਿਆਂ ਨੂੰ, ਕਿਉਂਕਿ ਉਹਨੇ ਆਪਣਾ ਘਰ ਵੀ ਬਣਾਉਣਾ ਸੀਗਾ, ਫਿਰ ਘਰ ਜਿੱਦਾਂ ਚਲੋ ਆਪਣੇ ਸਿਰ 'ਤੇ ਕਰਦੀ ਵੀ ਸਾਰੀ ਇਕੱਲੀ ਉਹਨੇ ਆਪ ਹੀ ਕੀਤਾ ਆ, ਫਿਰ ਵਿਆਹ ਲਈ ਵੀ ਪੈਸੇ ਜੋੜਨੇ ਸੀ, ਫਿਰ ਘਰਦਿਆਂ ਨੂੰ ਗੱਡੀ ਲੈ ਕੇ ਦਿੱਤੀ ਆ, ਸਕੂਟਰੀ ਲੈ ਕੇ ਦਿੱਤੀ ਆ, ਬਾਪੂ ਜੀ ਨੂੰ ਮੋਟਰਸਾਈਕਲ ਲੈ ਕੇ ਦਿੱਤਾ, ਅਤੇ ਫਿਰ ਉਹ ਤੋਂ ਦੇਖ ਦੇਖ ਕੇ ਮੈਂ ਸਿੱਖ ਗਿਆ, ਫਿਰ ਆਪਾਂ ਵੇਸਟ ਕਰਨੇ ਬੰਦ ਕਰ ਦਿੱਤੇ, ਅਤੇ ਫਿਰ ਜੋੜਨੇ ਸ਼ੁਰੂ ਹੋਏ, ਵੀ ਐਸੇ ਜੋੜੇ ਵਧੀਆ ਵਿਆਹ ਕਰ ਲਿਆ। ਸਹੀ ਗੱਲ ਹੈ ਵੀਰੇ, ਅਤੇ ਹੁਣ ਤਾਂ ਜਿੱਦਾਂ ਕਹਿੰਦੇ ਨੇ ਹੁਣ ਵਿਆਹ ਦੀ ਜ਼ਿੰਦਗੀ ਕਿੱਦਾਂ ਚੱਲਦੀ ਆ, ਪਰਸ ਪੁਰਸ ਚੱਕ ਰਹੇ ਹੋ ਤੁਸੀਂ ਹੁਣ? ਕਿਉਂਕਿ ਜਦ ਤੱਕ ਆਪਾਂ ਅਪਡੇਟ ਨਹੀਂ ਰਵਾਂਗੇ ਸਾਡੀ ਤਾਂ ਏਦਾਂ ਦੀ ਜਿੱਦਾਂ ਹੁਣ ਲਾਈਫ ਹੋ ਗਈ ਆ ਕਿ ਜਦ ਤੱਕ ਅਸੀਂ ਐਕਟਿਵ ਨਹੀਂ ਰਵਾਂਗੇ ਤੇ ਲੋਕੀ ਸਾਨੂੰ ਦੇਖਣਗੇ ਨੀ, ਭੁੱਲ ਜਾਂਦੇ ਆ, ਕਿਉਂਕਿ ਅਸੀਂ ਮੈਂ ਲਾ ਲਵਾਂ ਖੁਦ ਐਜ਼ ਏ ਆਡੀਅੰਸ ਲਾ ਲਵਾਂ, ਕੁਛ ਵੀ ਲਾ ਲਵਾਂ, ਮੈਂ ਕਿਸੇ ਨੂੰ ਦੇਖਦਾ ਆ, ਜਦੋਂ ਅਪਡੇਟ ਨਹੀਂ ਰਹੂਗਾ ਮੈਂ ਕਹੂੰਗਾ ਯਾਰ ਇਹ ਤਾਂ ਅਪਡੇਟ ਨਹੀਂ ਹੈਗਾ, ਚੱਕ ਨੂੰ ਅਨਫੋਲੋ ਮਾਰ, ਕੁਛ ਪਾਉਂਦਾ ਨਹੀਂ ਨਾ, ਬਿਲਕੁਲ। ਤੇ ਫਿਰ ਸਾਨੂੰ ਉਹਨਾਂ ਲਈ ਆਪਣੇ ਲਈ ਖਾਸ ਕਰ ਉਹਨਾਂ ਲਈ ਵੀ ਤੇ ਆਪਣੇ ਲਈ ਵੀ, ਕਿਉਂਕਿ ਸਾਡਾ ਰੋਜ਼ਗਾਰ ਇਹ ਆ, ਇੱਕ ਇੰਸਟਾਗ੍ਰਾਮ, ਸਨੈਪਚੈਟ, ਠੀਕ ਹੈ, ਯੂਟਿਊਬ, ਇਹ ਸਾਡੇ ਰੋਜ਼ਗਾਰ ਹੋ ਗਏ ਜੇ ਅਸੀਂ ਐਕਟਿਵ ਨਹੀਂ ਰਵਾਂਗੇ। ਹੁਣ ਕਹਿੰਦੇ ਨੀ ਹੁੰਦੇ ਜਿਦਾਂ ਮੇਰਾ ਕਰਿਆਨੇ ਦਾ ਕੰਮ ਸੀ, ਮੈਨੂੰ 6 ਵਜੇ ਸ਼ਟਰ ਖੋਲਣਾ ਪੈਂਦਾ ਸੀਗਾ, ਚੱਕਣਾ ਪੈਂਦਾ, ਉਹ ਹਿਸਾਬ ਤਾਂ ਮੈਨੂੰ ਰੀਲ ਪਾਉਣੀ ਪੈਣੀ, ਚਾਹੇ ਕੋਈ ਵੀ ਕ੍ਰੀਏਟਰ ਹੈ, ਕੋਈ ਵੀ ਆ ਬੰਦਾ ਆਪਣੀ ਲਾਈਨ ਨੂੰ ਤੋੜਦਾ ਰਵੇ ਤਾਂ ਮੇਰੇ ਹਿਸਾਬ ਨਾਲ ਤਦ ਤੱਕ ਹੀ ਚੱਲਦਾ, ਨਹੀਂ ਤਾਂ ਫਿਰ ਬੰਦੇ ਨੂੰ ਕੋਈ ਨਹੀਂ ਪੁੱਛਦਾ, ਕਿਉਂਕਿ ਇੱਕ ਟਾਈਮ ਹੁੰਦਾ, ਟਾਈਮ ਹੁੰਦਾ, ਹੁਣ ਸਾਡਾ ਆਇਆ ਟਾਈਮ, ਸਾਡਾ ਜਾਣਾ ਵੀ ਆ, ਹੁਣ ਮੈਂ ਇਹ ਤਾਂ ਕਹਿ ਨਹੀਂ ਸਕਦਾ ਕਿ ਮੇਰਾ ਟਾਈਮ ਆਇਆ ਤਾਂ ਜਾਣਾ ਨਹੀਂ ਹੈਗਾ, ਇਹ ਤਾਂ ਇੱਕ ਦੇ ਕਦੇ ਜਾਣਾ ਹੀ ਆ। ਫਿਊਚਰ ਪਲਾਨ ਅੱਗੇ ਕੀ ਸੋਚਿਆ ਹੈ ਵੀਰੇ? ਫਿਊਚਰ ਪਲਾਨ ਨਹੀਂ ਕਰਦਾ ਭਾਜੀ, ਫਿਊਚਰ ਨਹੀਂ ਕਦੇ ਜ਼ਿੰਦਗੀ ਪਲਾਨ ਕੀਤਾ, ਜੋ ਹੋਣਾ ਆਪ ਹੀ ਹੋ ਜਾਂਦਾ ਆਪਣੇ, ਆਹ ਫਿਊਚਰ ਪਲਾਨ ਕੀਤਾ ਸੀ ਭਾਜੀ ਕਿਤੇ ਮੈਂ, ਅੱਛਾ, ਆਹ ਫਿਲਮ ਦੇ ਵਿੱਚ ਕਦੀ ਵੀ ਨਹੀਂ ਸੋਚਿਆ ਫਿਲਮ ਦੇ ਵਿੱਚ ਆਉਣਾ, ਪਲਾਨਿੰਗ ਨਹੀਂ ਕਰੀ, ਉਹ ਫਿਰ ਬੰਦਾ, ਹਾਂ ਕਈ ਵਾਰੀ ਇੱਦਾਂ ਹੁੰਦਾ ਨਾ ਸਪਨੇ ਟੁੱਟ ਜਾਂਦੇ ਆ, ਹਾਂ ਸਾਡੀਆਂ ਪਲੈਨਿੰਗਾਂ ਹੋਰ ਹੁੰਦੀਆਂ ਨੇ, ਉੱਪਰ ਵਾਲੇ ਦੀਆਂ ਪਲੈਨਿੰਗਾਂ ਹੋਰ ਹੁੰਦੀਆਂ, ਉਹ ਤਾਂ ਹੁਣ ਦੱਸੀ ਤੇ ਨਾ ਉਹਦੀ ਜ਼ਿਆਦਾ ਵੱਡੀਆਂ ਸੀਗੀਆਂ, ਮੈਂ ਛੋਟੀਆਂ ਸੋਚ ਕੇ ਬੈਠਾ ਹੀ ਆ। ਬਿਲਕੁਲ ਬਿਲਕੁਲ, ਉਹ ਜਾਣੀ ਜਾਣਾ,
ਕਿਆ ਬਾਤ ਹੈ, ਬਹੁਤ ਚੰਗਾ ਲੱਗਿਆ ਵੀਰੇ, ਮੈਂ ਮਾਫੀ ਚਾਹੁੰਦਾ ਹਾਂ, ਮੈਂ ਬਾਈ ਹੋਰੀ ਜਾ ਰਹੇ ਸੀਗੇ, ਮੈਂ ਤਾਂ ਇਹਨਾਂ ਦਾ ਸਮਾਂ ਲੈ ਲਿਆ, ਤੇ ਅਸੀਂ ਇਹੀ ਅਰਦਾਸਾਂ ਦੁਆਵਾਂ ਕਰਦੇ ਕਿ ਵੀਰੇ ਹੋਰੀ ਸਟਾਰ ਬਣਨ, ਵੱਡੇ ਹਿੱਟ ਬਣਨ, ਤੇ ਆਪਾਂ ਅੱਧੀਆਂ ਮੁਲਾਕਾਤ ਆਪਣੀਆਂ ਹੁੰਦੀਆਂ, ਥੈਂਕ ਯੂ ਭਾਈ, ਤੇ ਤੁਸੀਂ ਵੀ, ਤੁਹਾਡੀਆਂ ਵੀ ਸਾਰੀਆਂ ਇੰਟਰਵਿਊ ਮੈਂ ਕਹਿੰਦਾ ਹਿੱਟ ਤੇ ਹਿੱਟ ਜਾਣਾ ਵੀਰੇ, ਥੈਂਕ ਯੂ, ਤੇ ਆਪਾਂ ਸੱਚੀ ਦੁਬਾਰਾ ਮਿਲਾਂਗੇ ਫਿਰ।